ਸੱਤ ਦਾ ਵਕੀਲ ਹੁੰਦਾ ਜਦੋਂ ਗਰਭ ਚ ਲੱਤਰੇ ਮਾਰੀ ਬਾਕੀ ਸੱਤ ਦਾ ਵਕੀਲ ਬਣਦਾ ਹੈ ਸਾਹਮਣੇ ਦਬੀਰ ਦਾ ਅਸਤਾ ਬੱਲੇ ਬੱਲੇ ਯਾਤਕ ਖੇ ਮੁੰਡੇ ਲਗਾ ਸੁਣੇ ਨਵੀਂ ਆਖਾ ਪੰਦਰ ਨੇ ਟੱਪਾ ਪਿਆਤਾ ਭਾਜੀ ਮੇਰ ਨੀ ਪੈਣੀ ਹੈ ਯਾਤਕ ਕਹਿੰਦੇ ਭਾਜੀ ਕਿਉਂ ਸਵਾ ਨਹੀਂ ਰੱਖਦੇ ਇਹ ਤੇ ਸਮੇਂ ਦਾ ਮਾਰ ਦਿੰਦੇ ਹੈ ਭਾਜੀ ਮੇਰ ਨੀ ਪੈਣੀ ਹੈ ਪਰ ਗਾਹ ਮਾਰਦਾ ਸਫਲਤਾ ਫਿਰ ਖੰਡਰ ਵਾਲ ਦੀ ਖੱਤੇ ਜੁੜ ਗਈ ਹੈ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਨੰਬਰ ਫਿਰ ਕਹਿੰਦੇ ਖੰਡਰ ਵਾਲ ਦੀ ਖੱਤੇ ਹੈ ਤਿੰਨ ਹੋ ਗਏ ਹੈ ਪਰ ਇੱਧਰ ਕਹਿੰਦੇ ਖਾਤਾ ਨਹੀਂ ਖੁੱਲਿਆ ਨੰਬਰ ਤਿੰਨ ਹੋ ਗਿਆ ਇੱਧਰ ਹੋਈ ਖਾਤਾ ਨਹੀਂ ਖੁੱਲਿਆ ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਗੁੱਡੀ ਕਹਿੰਦੇ ਦਸ ਚਾਤਾ ਇੱਧਰ ਪੌਦਿਆਂ ਦਾ ਆਈਟਮ ਪਹਿਲੀ ਦੁਨੀਆ ਲਾਲੀ ਗੱਲ ਦੀ ਬਹੁਤ ਸੋਹਣਾ ਖਿਲਾਰੀ ਪਰ ਆਹ ਵੀ ਮੁੰਡਾ ਕਹਿੰਦੇ ਪੈਰ ਤੇ ਹੈ ਟੱਚ ਹੋਈ ਰਹੀ ਬਾਲ ਕਾਲਾ ਤੇ ਬਹੁਤ ਸਿਆਣਾ ਹੈ ਆਪ ਹੀ ਕਾਲੇ ਨੇ ਬਾਲ ਫੜਾਤੀ ਹੈ ਇਹ ਮਾਣ ਨਾਲ ਖਿਡਾਰੀਆਂ ਦੀ ਮਿਸਾਲੀ ਹੁੰਦੀ ਹੈ ਜਿਹੜੇ ਜਵਾਨਾਂ ਦੇ ਪੱਕੇ ਹੈ ਕਾਲਾ ਬੜਾ ਮਾਣਦਾਰ ਹੈ ਸੋਹਣਾ ਮੈਂ ਚੱਕਰ ਬੜੀ
ਟੱਕਰ ਬੜੀ ਤਕੜੀ ਹੈ। ਪਿੰਦਰ ਢੋਗਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਹੁਤ ਵਧੀਆ ਮੁਕਾਬਲਾ ਹੈ। ਮੁੰਡੇ ਖੰਡਾ ਵਾਲੀਏ ਬਹੁਤ ਸੋਹਣਾ ਖੇਡਿਆ ਠੰਡ ਬਹੁਤ ਹੋ ਗਈ ਨਾ। ਲਾਗਲੇ ਸਰਵੇ ਕਦੇ ਕਰਨ ਦੇ ਲਈ ਧੋਗਾ ਖੰਡਰ ਵਾਲੀ ਫਿਰ ਤਿਆਰ ਹੈ। ਬਹੁਤ ਸੋਹਣੀ ਖੇਡ ਹੈ ਮੁੰਡੇ ਨੇ ਰਾਹ ਸੁਣਿਆ ਅੱਜ ਮਿੰਟ ਹੈ ਹਾਂਜੀ ਵੀਰੇ ਪੁਆਇੰਟ ਦੱਸ ਦਿਓ ਵੀਰੇ ਦੱਸ ਦਿਓ ਇੱਕ ਮਿੰਟ ਵੇਟ ਕਰਿਓ। ਪੁਆਇੰਟ ਕਿੰਨੇ ਵੀਰੇ? 3-2 ਹੈ ਉੱਧਰ, 3 ਇੱਧਰ 2, 3 ਪੁਆਇੰਟ ਖੰਜਰਾਲ ਦੇ, 2 ਪੁਆਇੰਟ ਕੈਮਰੇ ਸਾਹਮਣੇ, 10 ਇੱਕ ਡੂਡੀ ਦੇ। ਇੱਕ ਮਿੰਟ ਮੇਰ ਵੇਟ ਬਾਈ, ਮਿੰਟ ਪੜ੍ਹਦੇ ਬਾਈ। 4-2 ਹੋ ਗਏ ਉੱਧਰ, 4 ਇੱਧਰ 2, 4 ਹੋ ਗਏ ਖੰਜਰਾਲ ਦੇ, 4 ਖੰਜਰਾਲ ਦੇ। ਹਾਂਜੀ ਹਾਂਜੀ ਵੀਰੇ, 4 ਪੁਆਇੰਟ, 4 ਪੁਆਇੰਟ ਖੰਜਰਾਲ ਦੇ, 2 ਪੁਆਇੰਟ 10 ਤੱਕ ਡੂਡੀ ਦੇ। ਬਹੁਤ ਧੰਨਵਾਦ ਸਾਰੇ ਭਰਾਵਾਂ ਦਾ, ਸ਼ੁਕਰੀਆ ਸ਼ੁਕਰੀਆ ਵੀਰੇ। ਵਾਲੀਬਾਲ ਸ਼ੁਰੂ ਕਰਨ ਫਾਇਰ ਪੇਜ ਤੇ ਕਰਿਓ ਕਰਿਓ ਸ਼ੇਅਰ ਵੀਰੇ ਵੀਰ। ਧੰਨਵਾਦ ਜੀ ਧੰਨਵਾਦ। 4 ਪੁਆਇੰਟ ਖੰਜਰਾਲ ਦੇ, 2 ਕੈਮਰੇ ਸਾਹਮਣੇ ਡੁੱਡੀ ਹਰਾਂ ਦੇ, 4-2। ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ, ਦੋਨੋਂ ਟੀਮਾਂ ਕਹਿੰਦੇ ਬੜੇ ਆਤਮਵਿਸ਼ਵਾਸ ਦੇ ਨਾਲ, ਬੜੀ ਜੀਵਨੀ ਦੇ ਨਾਲ, ਬੜੇ ਠੰਮੇ ਦੇ ਨਾਲ ਖੇਡ ਰਹੀਆਂ। ਹੋਰ ਪਿੰਦਰ ਤੇ ਜਿਹੜੀ ਆ ਗਈ ਚਾਫੇ ਚ ਪੈਣਾ ਤੱਕਾ ਹੀ ਹੈ ਇਹਦੀ ਰਾਸਤਾ ਵਾਲੇ ਪਿੰਦਰ ਤੋਂ ਬਾਕੀ, ਬਾਕੀ ਖੈਰ ਸੱਲਾ ਪਿੰਦਰ ਤੋਂ ਬਾਕੀ ਬਾਕੀ ਦੇ ਕੰਮ ਲੋਟ ਆ ਜਾਣਾ। ਲਓ ਘੋਗਾ ਵਾਹ ਮੁੰਡਿਆ, ਇਹ ਕਹਿੰਦੇ ਘੋਗਾ ਟੌਪ ਦਾ ਸਿੱਖ ਦੀ ਤਰੀਕ ਦਾ ਮੁੰਡਾ, ਨਾਮ ਚੱਲਦਾ ਮੁੰਡੇ ਦਾ। ਸਾਨੂੰ ਦੱਸਣਾ ਨੀ ਪੈਂਦਾ ਅਸੀਂ ਕੌਣ ਹੁੰਦੇ ਹਾਂ, ਜਿਹੜੀ ਝੁਕਦੀ ਕਦੇ ਨੀ ਧੌਣ ਹੁੰਦੇ ਹੈ। ਪੈਂਦਾ ਅਸੀਂ ਕੌਣ ਹੁੰਦੇ ਹੈ। ਰਾਜਦੀਪ 5-2, 5 ਹੋ ਗਏ ਖੰਜਰਾਲ ਦੇ, 2 ਦਾ ਚੱਕ ਡੁੱਡੀ ਦੇ। ਖੰਜਰਵਾਲ ਦੀ ਟੀਮ ਦੇ 2 ਨੰਬਰ ਮੈਂ ਦੇਖ ਰਿਹਾ ਉਹ
ਮੁੰਡਿਆਂ ਦੇ ਰਾਜਸਥਾਨ ਵਾਲੇ ਮੁੰਡਿਆਂ ਦੇ ਹੈ। 5-2 ਦੀ ਟੱਕਰ ਖੇਡੀ ਜਾ ਰਹੀ ਹੈ, ਮੈਚ ਬੜਾ ਸੋਹਣਾ ਖੇਡਿਆ ਜਾ ਰਿਹਾ। 5-2 ਫਾਈਨਲ ਚ ਘਟਣ ਵਾਲੀ ਵੀਰੇ, ਫਾਈਨਲ ਚ ਨੈਕਸਟ ਮੈਚ ਫਾਈਨਲ ਹੈ। ਬਾਬਾ ਧੰਨਵਾਦ ਜੀ। ਉਧਰ ਗੋਪਾ ਮਾਨ ਬੱਲੋ ਵਾਲਾ ਜਿਹਾ ਟਾਗਾ ਲਾਈਵ ਤੇ ਬੂਟਿਆ। ਹਾਂਜੀ ਹਾਂਜੀ, ਵੈਲਕਮ ਜੀ, ਵੈਲਕਮ ਮਾਨ ਸਾਹਿਬ। ਧੀਰ ਗਰੇਵਾਲ ਬੰਗੀ ਬਾਈ, ਜਗਪਾਲ ਖੰਗੂੜਾ USA, ਵਾਹ ਵੀ ਵਾਹ, ਬਹੁਤ ਧੰਨਵਾਦ। ਲਵਦੀਪ ਗਿੱਲ, ਫਿਰੋਜ਼ਸ਼ਾਹ ਬੀ ਟੀਮ, ਬਹੁਤ ਧੰਨਵਾਦ ਜੀ, ਕਰੀ ਜਾਓ ਸ਼ੇਅਰ ਮੇਰੇ ਬਾਈ। ਗੁਰਲਾਲ ਢਿੱਲੋਂ, ਬਹੁਤ ਧੰਨਵਾਦ ਗੁਰਲਾਲ। 5 ਪੁਆਇੰਟ ਹੋ ਗਏ। ਉੱਧਰ ਬਾਸੀ ਵਾਲਾ ਮਣੀ ਖੇਡਦਾ ਖੰਜਰਾਲ ਚ। ਉੱਧਰ 5, ਇੱਧਰ 2। ਦੋ 5 ਚੇਂਜ, 2-5 ਚੇਂਜ ਹੈ ਜੀ। ਧੀਰ ਗਰੇਵਾਲ ਬੰਗੀ, ਬਾਬਾ ਧੰਨਵਾਦ ਜੀ, ਗਰੇਵਾਲ ਸਾਹਿਬ। ਇੱਕ ਸੈਕਿੰਡ ਵੇਟ ਕਰ। ਫਿਰ ਚੇਂਜ ਹੈ ਬਾਈ, ਮੇਰੇ ਖਿਆਲ 'ਚ 1 ਪੁਆਇੰਟ ਲੱਗਿਆ। 5-2 ਹੀ ਆ, ਉੱਧਰ 5, ਇੱਧਰ 2। ਕਰਿਓ ਕਰਿਓ ਸ਼ੇਅਰ ਕਰਿਓ। ਭਨੈਰੀ ਨਹੀਂ ਆਈ ਬਾਈ, ਭਨੈਰੀ ਨਹੀਂ ਆਈ। 6-2 ਨੰਬਰ 6ਵਾਂ ਜੋੜ ਗਏ ਮੁੰਡੇ ਬਾਈ। ਜਗਪਾਲ ਲਾਈਵ ਇੱਧਰ ਆਪਣਾ, ਉਹਨਾਂ ਮੈਂ ਕੀ ਬੰਦ ਕਰਤਾ ਉਧਰੋਂ। ਅੱਛਾ, ਕੀ ਕਰੋਗੇ? ਜੂਪਾ ਧਾਲੀਵਾਲ, ਗੋਪਾ ਬਾਈ, ਜਗਪਾਲ ਵੀ ਬਾਈ, ਸਾਰੇ ਭਰਾ ਆਪਣੇ ਮਿੱਤਰ, ਘੈਂਟ ਬੰਦੇ ਪੂਰੇ, ਹੀਰੇ ਹੀਰੇ ਬੰਦੇ ਲਾਈਵ ਤੇ ਆ, ਸਾਰੇ ਹੀਰੇ ਆ ਜਿਹੜੇ ਲਾਈਵ ਦੇ। ਲੋਹਾ ਕਿਹੜਾ, ਸਾਰੇ ਹੀਰੇ ਹੀ ਰੱਖਦਾ, ਸਾਰੇ ਹੀਰੇ। ਡਾਇਮੰਡ 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 ਚੱਕਾਂ ਵਾਲਾ ਵੇਲਾ, ਜਦੋਂ ਜੂਪੇ ਦੇ ਗੋਪੇ ਦਾ ਮੈਚ ਲੱਗਦਾ ਹੋਊਗਾ ਉਸ ਟਾਈਮ ਤੇ, ਤੇ ਕਿਵੇਂ ਲਾਟ ਪੈਂਦੀ ਹੋਊਗੀ। ਫਿਰ ਚੱਕਦਾ ਤੇ ਬੱਲੋ ਦਾ ਮੈਚ ਲੱਗਦਾ ਹੋਊਗਾ। ਤੂੰ ਇਹ ਵੇਖ ਵੀ 200 ਦੀ ਸਪੀਡ ਤੇ ਬਾਲਾਂ ਵੱਜਦੀਆਂ ਹੋਣਗੀਆਂ। ਕ੍ਰਿਕਟ ਦੇ ਮੈਚ ਚ ਬਾਲਾਂ ਜਿਹੜੀਆਂ 150 ਦੀ ਸਪੀਡ ਨਾਲ ਬਹੁਤ ਵੱਜਦੀ ਆ ਬਾਲ, ਤੇ ਚੱਕਾਂ ਦੇ ਮੈਚ ਤੇ ਬੱਲੋ ਦੇ ਮੈਚ ਚ 200 ਦੀ ਸਪੀਡ ਤੇ ਬਾਲ ਵੱਜਦੀ ਹੋਊਗੀ। ਦੇਖਿਆ ਨਾ ਮੈਚ, ਬੜੇ ਬੰਬ ਮੈਚ ਲੱਗੇ ਹੋਣੇ ਯਾਰ। ਮੈਂ ਤੁਸੀਂ ਅਮੈਜ਼ਨ ਵੀ ਨਹੀਂ ਕਰ ਸਕਦਾ ਵੀ ਇੰਨੀਆਂ ਬਾਲਾਂ ਵੱਜਦੀਆਂ ਹੋਣਗੀਆਂ ਤਕੜੀਆਂ। ਮਾੜੀ ਟੱਚ ਹੋਗੀ, ਨਹੀਂ ਨਹੀਂ ਦੇਖਿਆ ਮੈਚ ਵੀ, ਦੇਖ ਤੂੰ ਕਿਵੇਂ ਚਕਾਟ ਪੈਂਦਾ। ਇੱਕ ਪਾਸੇ ਜੂਪਾ, ਇੱਕ ਪਾਸੇ ਗੋਪਾ, ਗੋਪੇ ਵਰਗੇ ਬੱਚੇ ਯਾਰ, ਕੱਲ ਦੇ ਢਿੱਲੋ ਲੈ ਦੇ ਲੈ ਗੋਪੇ ਬਾਈ, ਹਰੀ ਵਰਗੇ ਚੜਾਈ ਰਹੀ ਹੈ ਗੋਪਾ ਦਾ, ਕੱਲ ਆਇਆ ਵਾਲੀਬਾਲ ਲੈ ਦੇ ਲੈ ਗੋਪੇ ਬਾਈ, ਕਰਨ ਪੱਟੀਆਂ। ਹਾਂਜੀ ਯਾਰ ਧੰਨਵਾਦ, ਜੋਟੀ ਬਾਈ ਵਾਲ ਨਹੀਂ, ਕੱਲ ਤਾਂ ਨਹੀਂ ਗੱਲਾਂ, ਉਹ ਆਪਾਂ ਮੰਨ ਲੈਣਾ ਬਟ ਮੈਂ ਉਹ ਨਹੀਂ ਗੱਲ ਕੱਲ ਦੀ, ਮੈਂ ਦੇਖ ਲਾ ਜਦੋਂ ਮੇਰੇ ਪਿੰਡ ਕਮੈਂਟਰੀ ਕੀਤੇ 35 ਕਿਲੋ ਖੇਡਦਾ ਜੀ। ਗੋਪਾ ਤੇਰੇ ਖਿਆਲ ਕਦੋਂ ਖੇਡਣ ਲੱਗਿਆ? ਮਾਰੋ ਤਾਂ ਫਿਰ
ਮਾਰੋ ਤਾਂ ਸਾਰਾ ਸੈਟ ਹੀ ਬਦਲ ਗਿਆ। ਓ ਬੱਲੇ ਡੂਡੀ, ਓ ਬੱਲੇ, ਓਏ ਐਂਡੋ ਮੁੰਡਿਆ ਹਟ ਜਾ ਪਾਸੇ, ਡੂਡੀ ਆਇਆ ਹੋਇਆ। ਓਕੇ 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 ਓਕੇ, ਵਿਸ਼ੂ ਵਿਸ਼ੂ ਕੰਬੋਜਾ, ਥੈਂਕ ਯੂ ਵੀਰੇ, ਧੰਨਵਾਦ ਸਾਰੇ ਭਰਾਵਾਂ ਦਾ। ਓਏ ਡੁੱਡੀ, ਗੁੱਡ ਐਫਰਟ ਬ੍ਰੋ, ਵੈਰੀ ਗੁੱਡ ਐਫਰਟ ਡੁੱਡੀ। ਦੱਸ ਕੀ ਐਫਰਟ ਕੀਤਾ ਮੁੰਡੇ ਨੇ ਯਾਰ, ਸਿਰਾ ਟੈਟ ਰੱਖ, ਟੈਟ ਗੇਮ ਉਧਰ ਕੀ ਬਣਿਆ, ਪਹੁੰਚ ਕੇ ਟਰੈਕਟਰ ਦਿੱਲੀ ਕਿ ਨਹੀਂ, ਵਾਈਫਾਈ ਵਾਲਾ ਬਾਈ ਕਹਿੰਦਾ, ਹਾਂ ਦਿੱਲੀ ਪਹੁੰਚ ਕੇ ਟਰੈਕਟਰ ਕਿ ਨਹੀਂ ਦੇਖੇ ਨੀ ਖਬਰਾਂ ਚ ਬਾਈ, ਖਬਰਾਂ ਤਾਂ ਦੱਸ ਦਿਓ ਵੀਰੇ ਯਾਰ ਕੀ ਹੈ, ਦਿੱਲੀ ਕੋਈ ਨੀ ਚਲੋ ਚਲੋ ਪਹੁੰਚ ਗਿਆ ਟਰੈਕਟਰ ਕਿ ਨਹੀਂ, ਉਹ ਕੋਈ ਨੀ ਮਰਾੜੀ ਕੋਈ ਨੀ ਪੁੱਤ, ਤੈਨੂੰ ਜਿਵੇਂ ਜੱਜਮੈਂਟ ਲੱਗਦਾ ਦੇ, ਕੋਈ ਨੀ ਕੱਟਿਆਂ ਵਾਲੀ ਵੀਰੇ ਲਗਾਤਾਰ ਸੱਤਵੇਂ ਫਾਈਨਲ ਚ, ਅੱਜ ਮੁਬਾਰਕਾਂ ਕੱਟਿਆਂ ਵਾਲੀ, ਬਹੁਤ ਤਗੜਾ ਟੀਮ ਖੇਡ ਰਹੀ ਹੈ ਕੱਟਿਆਂ ਵਾਲੀ, ਬਾਕੀ ਫਾਸਟ, ਇੱਕ ਸੈਕਿੰਡ ਬਾਕੀ ਸਾਰੇ ਫਾਸਟ ਹੈ, ਅੱਜ ਲਗਾਤਾਰ ਸੱਤਵੇਂ ਫਾਈਨਲ ਚ ਹੈ। ਬਹੁਤ ਧੰਨਵਾਦ ਜੀ, ਬਾਈ ਬੰਦ ਕਰਿਓ ਜੀ, ਬੰਦ ਕਰੋ ਜੀ, ਮਿਊਜ਼ਿਕ ਬੰਦ ਕਰੋ ਜੀ, ਬੇਨਤੀ ਹੈ। ਕਿੱਥੇ ਪਹੁੰਚ ਗਏ ਸ਼ੰਭੂ ਬਾਰਡਰ ਤੇ, ਜਾ ਹੀ ਬਣਨਾ ਸੀਗਾ ਉੱਥੇ ਤੱਕ, ਤਾਂ ਉਹਨਾਂ ਨੇ ਬਾਰਡਰ ਸੀਲ ਕੀਤਾ ਹੀ ਹੈ ਸ਼ੰਭੂ ਤਾਂ। ਓ ਬੱਲੇ ਡੁੱਡੀ, ਆ ਮਾਰੀ ਆ ਬਾਲ ਐਨ ਭਰ ਕੇ, ਤੇਜ਼ੀ ਨਾਲ ਕਰੋ ਸੂਰਜ ਕੇਰੀਆਂ, ਧੰਨਵਾਦ ਛੋਟੇ ਵੀਰ, ਕੇਰੀਆਂ ਆ ਗਿਆ ਯਾਰ ਮੇਰਾ, ਆ ਗਿਆ ਜੀ ਆ ਗਿਆ, ਸੂਰਜ ਕੇਰੀਆਂ, ਇਹ ਤਾਂ ਹੀਰਾ ਬੰਦਾ ਹੈ, ਹੀਰਾ ਬੰਦਾ ਨਹੀਂ, ਐਂਡ ਐਂਡ ਸੂਰਜ ਕੇਰੀਆਂ, ਹਾਂ ਚਰਚ ਆ ਜਾ ਅੱਜ ਕੱਲ ਗੁਰੂ ਹਰ ਸਿੰਘ ਇਲਾਕੇ ਚ ਵੱਧ ਰਹਿੰਦਾ ਸੂਰਜ, ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ, ਇੱਧਰ ਗਾ ਪਈ ਰਾਸ ਨਹੀਂ, ਦਿੱਲੀ ਨਹੀਂ ਗਏ ਨਾ ਬਾਬਾ ਬਲਵੀਰ ਕਹਿੰਦਾ ਹੰਬੜਾਲਾ, ਖੁਸ਼ਾ ਬਰਾੜ ਖੁਸ਼ਾ ਆ ਗਿਆ, ਖੁਸ਼ਾ ਸਾਂਦੇ ਵਾਲੀ ਆ, ਫਾਈਨਲ ਆ ਬਈ, ਇਸ ਤੋਂ ਬਾਅਦ ਪੁਆਇੰਟ ਕਿੰਨੇ ਹੋ ਗਏ ਬਈ ਮਰਾੜੀ, ਪੁਆਇੰਟ 8-2 ਹੋ ਗਏ ਵੀਰੇ, 8 ਖੰਜਰਾਲ ਦੇ, 2 ਕੈਮਰੇ ਸਾਹਮਣੇ, 10 ਇੱਕ ਡੁੱਡੀ ਦੇ, 8-10 ਯਾਰ ਆ ਗਿਆ, ਨੈਕਸਟ ਮੈਚ ਫਾਈਨਲ ਆ ਬਈ, ਬੈਟਰੀ ਹੁਣ ਬਾਲ ਦਾ ਫੋਨ ਦਾ ਖਹਿੜਾ ਨਹੀਂ ਛੱਡਦਾ, 2-8 ਚੇਂਜ, ਸੁਨੀਲ ਕਸਾਰਨੀ ਬਈ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੁੱਤਰਾ, ਸਤਿ ਸ਼੍ਰੀ ਅਕਾਲ ਅਰਮਾਨ ਧਾਲੀਵਾਲ, ਗਰੀਸ਼ ਵੈਸਟ ਜੈਪੁਰ, ਗੇਮ 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 ਓਨਲੀ ਗੇਮ, ਸੋਨੂ ਬੇਣੀਵਾਲ, ਸੂਰਜ ਕੇਰੀਆਂ, ਪੋਲੀਟਿਕਸ ਤਾਂ ਆਪਾਂ ਕਰਦੇ ਨਹੀਂ ਬਾਈ ਜੀ, ਹਾਂ ਸਾਡੇ ਬੰਦੇ ਗਏ ਹੋਏ ਆਏ ਤਾਂ ਦਿੱਲੀ ਨੂੰ, ਉਹ ਕੋਈ ਚੱਕਰ ਨਹੀਂ, ਉਹ ਵੀ ਸਪੋਰਟ ਜ਼ਰੂਰੀ ਹੈ ਅਤੇ ਕਰਦੇ, ਹਾਂ ਕਰਦੇ ਰਹਾਂਗੇ। ਗੁਰੀ ਹੇਰ, ਕੁਲਵਿੰਦਰ ਸਿੱਧੂ, ਬਹੁਤ ਧੰਨਵਾਦ ਧੰਨਵਾਦ ਧੰਨਵਾਦ, ਥੈਂਕ ਯੂ ਗਰੀਸ਼ ਵੈਸਟ ਜੀ ਜੈਪੁਰ, ਥੈਂਕ ਯੂ ਮਹਾਂਵੀਰ ਭੋਪਾਲ, ਕਾਸ਼ ਨੱਡਾ, ਕੁਲਵਿੰਦਰ ਸਿੱਧੂ, ਸਾਰੇ ਭਰਾ, ਸਿੱਧੂ ਨਹੀਂ ਆਇਆ ਵੀਰੇ, ਕਲੋਜ਼ ਫਾਈਟਰ ਨਹੀਂ ਆਇਆ। ਇਸ ਤੋਂ ਬਾਅਦ ਫਾਈਨਲ ਮੈਚ, ਰਾਹੁਲ ਕੁਮਾਰ, ਰਾਈਆਂ ਚੀਨਾ,
ਗੁਰੂ ਬਰਾੜ ਕਿਹਨੇ ਕੀ ਹਾਲ ਵੀਰੇ ਸੋਨੀ ਸਵੈਚ ਸੋਨੀ ਕੀ ਹਾਲ ਵੀਰੇ ਯੂਨੀਕ ਮਹਿਤਾ ਕਾਸ਼ ਨੱਡਾ ਕੁਲਵਿੰਦਰ ਸਿੱਧੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਰੀ ਵਾਰ ਛੋਟੀ ਫਾਇਰ ਭੇਜਤੇ ਸੂਰਜ ਕੇਰੀਆਂ ਬਿਲਕੁਲ ਬਿਲਕੁਲ ਜੀ ਢਿੱਲੋਂ ਹੀ ਮਾੜਾ ਵੀਰੇ ਸਾਰਿਆਂ ਨਾਲੋਂ ਢਿੱਲੋਂ ਹੀ ਨਹੀਂ ਕਿਸੇ ਕੰਮ ਦਾ ਬੰਦਾ ਬੂਟੇ ਵਰਗੇ ਤਾਂ ਬਹੁਤ ਸਾਡੇ ਹੀਰੇ ਬੰਦੇ ਆ ਸੂਰਜ ਰੋਬੀ ਪੰਜੇਟਾ ਕਰਨ ਪੱਟੀਆਂ ਕੁਲਦੀਪ ਸੰਧੂ ਹਾਂਜੀ ਹਾਂਜੀ ਵੀਰੇ ਗੁਰਜੰਟ ਬਾਈ ਫਾਈਨਲ ਆ ਵੀਰੇ ਇਸ ਤੋਂ ਬਾਅਦ ਫਾਈਨਲ ਆ ਘੱਟਿਆਂ ਵਾਲੀ ਫਾਈਨਲ ਚ ਵੀਰੇ ਸੋਨੂੰ ਸਾਰਨ ਗੈਰੀ ਗਿੱਲ ਕੁਲਦੀਪ ਸ਼ਾਮ ਸਿੰਘ ਵਾਲਾ ਚੋਕ ਪ੍ਰਕਾਸ਼ ਲਵਪ੍ਰੀਤ ਵਿਕਰਮਜੀਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਵਾਲੀਬਾਲ ਛੁੱਟੀਆਂ ਫਾਇਰ ਪੇਜ ਤੇ ਯਾਦਵਿੰਦਰ ਯਾਦੀ ਇੱਧਰ ਦਰਸ਼ਕ ਡੁੱਡੀ ਖੰਜਰ ਵਾਲਾ ਆ ਗਈ ਵੀਰੇ ਇੱਧਰ ਉੱਧਰ ਚੱਲ ਗਈ ਦਰਸ਼ਕ ਡੁੱਡੀ ਟੀਮ ਇੱਧਰ ਖੰਜਰ ਵਾਲ ਲੀਡ ਤੇ ਮੁੰਡੇ ਖੰਜਰ ਵਾਲ ਗਏ ਤਲਵਿੰਦਰ ਗਿੱਲ ਫਾਈਨਲ 'ਚ ਘੱਟਣ ਵਾਲੀ ਜਤਿੰਦਰ ਗਰਿਆਲ ਦੋਨੋਂ ਖੜਦਾ ਅੱਛਾ ਜੀ ਟੋਪੀ ਪੰਜੇਟਾ ਪੂਰਾ ਕੀ ਬਾਤ ਆ ਬਹੁਤ ਬਹੁਤ ਧੰਨਵਾਦ ਜੀ ਕਰਿਓ ਸ਼ੇਅਰ ਮੁੰਡਾ ਖਿੱਚ ਕੇ ਬਿਲਕੁਲ ਬਿਲਕੁਲ ਬਾਬਾ ਬਲਵੀਰ ਬਾਈ ਬਾਬਾ ਜੀ ਜ਼ਰੂਰ ਭਨੇਰੀ ਨਹੀਂ ਆਈ ਜੀ ਨਹੀਂ ਆਈ ਗੁਰਜੀਤ ਬਾਈ ਗਰਿਆਲ ਭੈਣੀ ਸਾਹਿਬ ਗੁਰਜੀਤ ਕੀ ਹਾਲ ਹੈ ਜੀ ਗਰਿਆਲ ਸਾਹਿਬ ਵਿਸ਼ਵ ਸੰਧੂ ਸੋਨੂੰ ਸਾਰਨ ਸਾਰਿਆਂ ਦਾ ਬਹੁਤ ਧੰਨਵਾਦ ਵਾਹ ਖੰਜਰ ਵਾਲੀ ਉੱਧਰ ਦਰਸ਼ਕ ਡੁੱਡੀ ਟੀਮ ਇੱਧਰ ਖੰਜਰਵਾਲ ਸੈਮੀ ਮੈਚ ਹੈ ਜਿੱਤਣ ਵਾਲੀ ਟੀਮ ਨੇ ਘੱਟਿਆਂ ਵਾਲੀ ਟੀਮ ਦੇ ਸਾਥ ਦੇ ਨਾਲ ਫਾਈਨਲ ਖੇਡਣਾ ਨੈਕਸਟ ਮੈਚ ਓਏ ਪੁਆਇੰਟ ਕਿੰਨੇ ਹੋ ਗਏ ਬਾਈ ਕਰਤ ਕਿਰਤ ਕਿੰਨੇ ਪੁਆਇੰਟ ਗਿਆਰਾਂ ਬਾਰਾਂ ਗਿਆਰਾਂ ਦੋ ਗਿਆਰਾਂ ਤਿੰਨ ਫਾਈਨਲ 'ਚ ਘੱਟਿਆਂ ਵਾਲੀ ਹੈ ਜਤਿੰਦਰ ਬਾਈ ਵਰਿੰਦਰ ਸੰਧੂ ਮਨੀ ਸ਼ਰਮਾ ਮਿੰਟੂ ਬਾਈ ਮੁੰਡੀਆਂ ਕਲਾਂ ਵਾਲੇ ਮਿੰਟੂ ਜੀ ਲਾਈਵ ਆ ਗਏ ਬਹੁਤ ਧੰਨਵਾਦ 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 ਸੂਰਜ ਕੇਰੀਆਂ ਧੀਰਜ ਜੰਗ ਆਓ ਬੱਲੇ ਆਓ ਬੱਲੇ ਐਂਡ ਹੋਇਆ ਪਿਆ ਜੇ ਮੈਂ ਸਿਰਾ ਤਿੰਨ ਗਿਆਰਾਂ ਕਿ ਬਾਰਾਂ ਸੀ ਚੇਂਜ ਆ ਜੀ ਹਰਮੀਤ ਸ਼ਰਮਾ ਧੰਨਵਾਦ ਜੀ ਧੰਨਵਾਦ ਗੁਰਪ੍ਰੀਤ ਸਿੱਧੂ ਜੈਦੇ ਮਛਾਣਾ ਖੁਸ਼ਕਰਨ ਸਰਾਵਾਂ ਮਨਜਿੰਦਰ ਮੁੰਡੀ ਬਹੁਤ ਧੰਨਵਾਦ ਮਨਜਿੰਦਰ ਭਾਈ ਰਣਜੀਤ ਭਾਟੀ ਧੰਨਵਾਦ ਜਿੰਨੇ ਵੀ ਭਰਾ ਲਾਏ ਤੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੇ ਧੰਨਵਾਦ ਵਾਲੀਬਾਲ ਸ਼ੂਟਿੰਗ ਨੂੰ ਫਾਇਰ ਪੇਜ ਤੇ ਕੱਲ੍ਹ ਨੂੰ ਭੰਡੋਰ ਪਿੰਡ ਲੱਗਣੀਆਂ ਰੌਣਕਾਂ ਨੇੜੇ ਮੁੱਲਾਂ ਪਰ ਪਟਾਕੇ ਪੂਰੇ ਪੈਣੇ ਕੱਲ੍ਹ ਨੂੰ ਭੰਡੋੜਾਂ ਦਾ ਕੱਪ 14 ਨੂੰ 15 ਨੂੰ ਅਹਿਮਦਪੁਰ ਮਾਨਸਾ ਫਿਰ 16-17 ਦੀ ਰੈਸਟ
ਤੇ 18 ਨੂੰ 9 ਲੜੀ ਕਲਾਂ ਦਾ ਕੱਪ, ਫਿਰ 19-20 ਦੀ ਰੈਸਟ, 21 ਨੂੰ ਆਲਮਲਾ ਯੈਸ ਨੇੜੇ ਬਾਘਾ ਪੁਰਾਣਾ, 22 ਨੂੰ ਬੀਲਾ, 23 ਦੀ ਫਿਲਹਾਲ ਤਾਂ ਰੈਸਟ ਵੈਸੇ ਉਲੀਕਿਆ ਹੋਇਆ ਟੂਰਨਾਮੈਂਟ ਲੁਧਿਆਣੇ 'ਚ, ਉਹ ਵੀ ਕਰਾਂਗੇ ਅਪਡੇਟ, 24 ਨੂੰ ਫੁੱਲਾਂ ਵਾਲ, 25 ਨੂੰ ਗਿੱਦੜਪਿੰਡੀ, 26 ਨੂੰ 9 ਲੜੀ ਖੁਰਦ, ਫਿਰ 27 ਦੀ ਰੈਸਟ, ਅਤੇ 28 ਨੂੰ ਕਿੰਗਰਾ, 1 ਨੂੰ ਦੀਪ ਸਿੰਘ ਵਾਲਾ, 2 ਨੂੰ ਥੰਮਣ ਵਾਲਾ, ਅਤੇ 3 ਨੂੰ ਝਾੜੀ ਵਾਲੇ ਦੀਆਂ ਗੱਲਾਂ, ਫਿਰ 8 ਨੂੰ ਹਠੂਰ ਪਿੰਡ, 9 ਨੂੰ ਗੁਲਾਬੇ ਵਾਲਾ, 10 ਨੂੰ ਲਾਲ ਬਾਈ ਦਾ ਕੱਪ, 15 ਮਾਰਚ ਚੱਕ ਜਮਾਲਗੜ੍ਹ ਦੀ, 19 ਮਾਰਚ ਸਲੇਮ ਸ਼ਾਹ ਦੀ, 22 ਅਤੇ 23 ਮਾਰਚ ਭਾਗੋ ਮਾਹਰੇ ਦਾ ਕੱਪ ਆਉਣਾ, ਇਹ ਆਉਣ ਵਾਲੇ ਕੱਪ ਹੈ, ਪੇਜ 'ਤੇ ਲਿਸਟ ਪਾਈ ਵੀ ਹੈ, ਚੈੱਕ ਕਰ ਲਓ, ਪਿੰਨ ਕੀਤੀ ਵੀ ਹੈ ਲਿਸਟ। ਅੱਛਾ ਜੀ ਵਿਸ਼ੂ, ਅੱਛਾ ਕੇ ਬਹੁਤ ਮਾੜੀ ਗੱਲ ਆ ਯਾਰ, ਹਾਂਜੀ ਹਾਂਜੀ ਵੀਰੇ, ਪੇਜ 'ਤੇ ਲਿਸਟ ਪਾਈ ਵੀ ਆਪਣੇ ਪੈਨ ਕੀਤੀ ਹੋਈ ਆ ਪਹਿਲੀਆਂ 'ਚ, ਪੇਜ ਦੇ ਉੱਤੇ ਸਾਹਮਣੇ ਲਿਸਟ ਦੱਸ ਦਿਓ ਸਾਰੇ ਟੂਰਨਾਮੈਂਟਾਂ ਦੀ, ਜਿਵੇਂ ਜਿਵੇਂ ਟੂਰਨਾਮੈਂਟ ਅਪਡੇਟ ਹੁੰਦੇ ਆ ਉਹ ਲਿਸਟ ਵੀ ਅਪਡੇਟ ਹੁੰਦੀ ਹੈ ਨਾਲ ਦੀ ਨਾਲ। ਧੰਨਵਾਦ ਜੀ, ਸ਼ੁਕਰੀਆ, ਬਹੁਤ ਧੰਨਵਾਦ। ਥੋੜ੍ਹੇ ਪੁਆਇੰਟ ਬਾਕੀ ਹੈ ਮੈਚ ਦੇ ਬਈ, ਫਿਰ ਫਾਈਨਲ ਓਏ। ਫਿਰ ਇੱਕ ਦੂਜੇ ਨੂੰ ਰਿਪਲਾਈ ਕਰਦਾ ਕਰੋ ਮੇਰੇ ਵੀਰ ਬਣ ਕੇ, ਇੱਕ ਦੂਜੇ ਨੂੰ ਰਿਪਲਾਈ ਕਰਦਾ ਕਰੋ ਵੀ, ਜਿਵੇਂ ਕੋਈ ਪੁੱਛਦਾ ਹੁੰਦਾ ਕੋਈ ਮੇਰੇ ਭਰਾ ਬਣ ਕੇ, ਇੱਕ ਦੂਜੇ ਨੂੰ ਰਿਪਲਾਈ ਵੀ ਕਰਿਆ ਕਰੋ, ਇੱਕ ਦੂਜੇ ਨੂੰ ਦੱਸਿਆ ਕਰੋ। ਬੈਸਟ ਨੂੰ ਵੀਰੇ ਕਰਦੇ ਆ ਅਪਡੇਟ, ਵੇਟ ਸਾਜਨ ਬਾਈ ਪੁਆਇੰਟ ਜੀ, ਪੁਆਇੰਟ ਕਿੰਨੇ ਵੀਰੇ? 14-3 ਖੰਜਰਵਾਲ ਦੇ, 14 ਪੁਆਇੰਟ ਉੱਧਰ, 3 ਪੁਆਇੰਟ
3.10 ਡੂਟੀ ਰਾਸਤਾ ਨਾਲੇ ਮੰਡਿਆਂ ਦੇ ਇਧਰ 14 ਹੱਥ ਕਹਿੰਦੇ ਬਹੁਤ ਵੱਡਾ ਪੈ ਗਿਆ ਕਾਲ ਇਹਨੇ 3.14 ਚੇਂਜ ਫਰਕ ਬੜੇ ਆ ਜੀ ਕੜੇ ਨਹੀਂ ਤੇਰੇ ਮੇਰੇ ਹਾਲਾਤਾਂ ਦੇ ਹਰਿੰਦਰ ਹਰੀ ਲਾਲਜੀਤ ਗੁਰੂ ਸਰ ਫਾਈਨਲ ਚ ਕੱਟਣ ਵਾਲੀ ਵੀਰੇ ਕੱਟਣ ਵਾਲੀ ਫਰਕ ਬੜੇ ਆ ਜੀ ਕੜੇ ਨਹੀਂ ਤੇਰੇ ਮੇਰੇ ਹਾਲਾਤਾਂ ਦੇ ਮੈਂ ਇੱਥੇ ਹਾਲਾਤਾਂ ਦੇ ਕਹਿੰਦੇ ਥੋੜੇ ਫਰਕ ਹੈ 3 ਤੇ 13 10 ਨੰਬਰਾਂ ਦੀ ਧੋਤੀ ਕਹਿੰਦੇ ਲੀਡ ਬਣਾ ਲਈ ਹੈ ਮੁੰਡੇ ਨੇ ਵਧੀਆ ਵਧੀਆ ਹਰਪ੍ਰੀਤ ਸੰਧੂ ਕੀ ਹਾਲ ਹੈ ਵੀਰੇ 3.14 ਬਹੁਤ ਸੋਹਣਾ ਕਰ ਕਰ ਤੇ ਯਾਰ 4.14 4.14 ਨਹੀਂ ਰਮਨ ਨਹੀਂ ਆਏ ਵਧੀਆ ਵਧੀਆ ਧਰਮਿੰਦਰ ਢਿੱਲੋਂ ਪੁੱਟੀ ਵਾਲਾ ਪੁੱਟੀ ਵਾਲੀ ਉਹ ਕੀ ਹਾਲ ਚਾਲ ਹੈ ਫਾਈਨਲ ਇਸ ਤੋਂ ਬਾਅਦ ਫਾਈਨਲ 5.14 ਉਧਰ 5.10 ਇੱਕ ਡੁੱਡੀ ਰਾਜਸਥਾਨ ਦੀ ਟੀਮ ਦੇ ਖੰਜਰ ਵਾਲੀਆਂ ਦੇ 14.00 5.14 ਸੈਮੀ ਮੈਚ ਹੈ ਖੱਟਣ ਵਾਲੀ ਫਾਈਨਲ 'ਚ ਅਗਲਾ ਮੈਚ ਫਾਈਨਲ ਹੈ ਵਜੀਦਪੁਰ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਟੂਰਨਾਮੈਂਟ ਚੱਲ ਰਿਹਾ ਪਿੰਡ ਵਜੀਦਪੁਰ ਕੱਲ੍ਹ ਨੂੰ ਭਨੋੜ ਪਿੰਡ ਲੱਗਣੀਆਂ ਰੌਣਕਾਂ ਬਹੁਤ ਤਕੜੇ ਪ੍ਰਬੰਧ ਕਰਨੇ ਮੁੰਡਿਆਂ ਨੇ ਅਤੇ ਟੀਮਾਂ ਵੀ ਐਨ ਟੌਪ ਦੀਆਂ ਸਾਦਰੀਆਂ ਮੁੰਡਿਆਂ ਨੇ ਪਟਾਕੇ 12 ਵਜੇ ਤੋਂ ਲੱਗ ਬਣਿਆ ਪੈਣਾ ਐਨ ਸਿਰਾ ਹੋਣਾ ਐਂਡ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਕਰੀ ਆਓ ਸ਼ੇਅਰ ਕਰਿਓ ਮੇਰੇ ਬਾਈ ਇੱਕ ਇੱਕ ਦੋ ਦੋ ਖਿੱਚ ਕੇ ਰਮਨ ਅਮਰੋਕ ਆਊਟ ਆ ਜੀ 14.45 ਹੈ 14.14 ਮਿੰਟ 3 ਲੈਣੇ ਖੰਦਰ ਵਾਲ ਨੇ ਫਾਈਨਲ ਪਹੁੰਚਣ ਤੇ ਵਾਹ ਕਾਲਿਆ ਕਾਲਾ ਵੀ ਬਹੁਤ ਤਕੜਾ ਖੇਡਿਆ ਜਾ ਨੱਪੀ ਹੁੰਦਾ ਡੁੱਡੀ ਕੰਮ 15.5 15.5 ਇਸ ਤੋਂ ਬਾਅਦ ਫਾਈਨਲ ਹੈ ਫਾਈਨਲ ਬਹੁਤ ਤਕੜਾ ਲੱਗਣਾ ਜਿੰਨਾ ਕਹਿੰਦੇ ਓਨਾ ਤਕੜਾ ਫਾਈਨਲ ਲੱਗਣਾ ਭਨਿਆਰੀ ਨਹੀਂ ਆਈ ਵੀਰੇ ਕਾਸ਼ ਲਾਲੀ ਤੇਜਲ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਵਾਹ ਵਾਹ
ਗੇਮ ਪੁਆਇੰਟ ਆ ਗਿਆ ਵੀਰੇ, ਖੰਜਰਾਲ ਦਾ ਗੇਮ ਪੁਆਇੰਟ ਉਹ ਬੱਲੇ ਉੱਧਰ ਖਾਨਪੁਰੀਆ ਜੱਟ ਲਾਈਵ 'ਤੇ ਆਇਆ ਹੋਇਆ ਕਹਿੰਦੇ ਅੱਜ ਐਨ ਸਿਰਾ ਐਂਡ ਗੱਲਬਾਤ। ਜੱਸੇ ਕਿਵੇਂ ਹੈ, ਕਿਵੇਂ ਜੱਸੇ ਯਾਰੀ ਤੋੜ ਗਿਆ ਤੂੰ ਵੀਰੇ, ਗੱਲਾਂ ਚੰਗੀਆਂ ਨਹੀਂ ਤੇਰੀਆਂ। ਵਧੀਆ ਵਧੀਆ ਜੱਸੇ, ਆਪਣੇ ਦੱਸ ਖਾਨਪੁਰੀਆ ਕਿਰਪੇਜ, ਬਹੁਤ ਬਹੁਤ ਧੰਨਵਾਦ। ਵਧੀਆ ਵਧੀਆ ਵੀਰੇ ਸੈੱਟ ਆ ਜੱਸੇ, ਅਮਨ ਢੋਡ ਸਿੱਧੂ ਨਹੀਂ ਆਇਆ ਵੀਰੇ, ਬੱਬੂ ਰਾਮਗੜੀਆ ਬਹੁਤ ਧੰਨਵਾਦ। ਇਸ ਤੋਂ ਬਾਅਦ ਫਾਈਨਲ ਮੈਚ ਘੱਟਣ ਵਾਲੀ ਨਾਲ ਆਹ ਮੈਚ ਦੀ ਜੇਤੂ ਦਾ ਮੈਂ ਕਿਹਾ ਯਾਰੀ ਤੋੜ ਗਿਆ ਜੱਸਿਆ, ਗੱਲਾਂ ਚੰਗੀਆਂ ਨੀ। ਪੰਜ ਗੇਮ ਚੇਂਜ ਨਹੀਂ, ਯਾਰੀ ਤੋੜ ਗਿਆ ਤੂੰ ਜੱਸਿਆ ਯਾਰ, ਕਿਤੇ ਕਹਿੰਦੇ ਬੰਦਾ ਕੀ ਯਾਰੀ ਤੋੜਦੇ ਯਾਰ ਜੱਸਿਆ। ਓਕੇ ਓਕੇ ਓਕੇ, ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਜੱਸੇ, ਸਹੀ ਗੱਲ ਆ ਸਹੀ ਗੱਲ ਆ ਬੱਬੂ ਰਾਮਗੜੀਆ ਐਂਡ ਜਮਾ। ਹਾਂ ਹਾਂ ਜੱਸੇ ਆਵਾਂਗੇ ਆਵਾਂਗੇ ਜਲਦੀ ਵੀਰੇ, ਆਵਾਂਗੇ ਆਵਾਂਗੇ ਜੱਸੇ ਜਰੂਰ ਜਰੂਰ, ਡੋਂਟ ਵਰੀ ਯਾਰ, ਆਵਾਂਗੇ ਆਵਾਂਗੇ ਪੱਕਾ ਆ ਕੇ ਜਾਵਾਂਗੇ ਜਰੂਰ, ਤੈਨੂੰ ਕਰੂੰਗਾ ਫੋਨ ਮੈਂ ਜੱਸੇ। ਤੇਜਾ ਬੜੈ ਤੇ ਬਲਵੀਰ ਬਾਬਾ ਜੀ ਸਤਿ ਸ੍ਰੀ ਅਕਾਲ, ਧੰਨਵਾਦ ਧੰਨਵਾਦ। ਧਰਮਿੰਦਰ ਬਾਈ ਪੰਜ ਗ੍ਰਾਈ, ਗੋਪਾ ਮਾਨ ਨਹੀਂ ਆਇਆ ਵੀਰੇ, ਦੇਸੀ ਜੱਟ ਨਹੀਂ ਆਇਆ। ਤੇਜੇ ਬਾਈ ਥੈਂਕ ਯੂ ਸੋ ਮਚ, ਗੇਮ ਬਣਿਆ ਇੱਧਰ ਖੰਜਰਾਲ ਦਾ ਘੱਟਾਂ ਵਾਲੀ ਫਾਈਨਲ 'ਚ ਸੈਮੀ ਚੱਲ ਰਿਹਾ। ਬੱਬੂ ਰਾਮਗੜੀਆ ਹੋਰ ਜੱਸੇ ਕਿਵੇਂ ਚੱਲਦੇ ਕੰਮ ਕਾਰ, ਬਹੁਤ ਮਾੜੀ ਗੱਲ ਆ ਜੱਗਾ ਗੱਲ ਜੀ, ਬਹੁਤ ਮਾੜੀ ਗੱਲ, ਇਹ ਤਾਂ ਨਹੀਂ ਕਰਨਾ ਚਾਹੀਦਾ ਸੀ ਇੱਦਾਂ। ਓਏ ਡੁੱਡੀ ਡੁੱਡੀ ਨੇ ਕਾਲਾ ਢਾਲਿਆ ਇੱਧਰ, ਡੁੱਡੀ ਨੇ ਇੱਕ ਬਾਹਰੋਂ ਮੇਰੇ ਖਿਆਲ ਬਾਈ ਧਰਮਿੰਦਰ ਬਾਈ ਬਹੁਤ ਤਕੜੇ ਮੈਚ ਲੱਗੇ ਅੱਜ, ਐਂਡ ਇੱਕ ਬਾਹਰੋਂ ਸੀ ਮੇਰੇ ਖਿਆਲ ਵਿਨੋਦ ਚੌਧਰੀ ਹਰਵਿੰਦਰ ਬਾਈ ਬਹੁਤ ਧੰਨਵਾਦ। ਘੱਟਾਂ ਵਾਲੀ ਚ ਵਧਾਈਆਂ ਵਾਲਾ ਰਿੰਕੂ ਆ ਬਾਈ, ਘੱਟਾਂ ਵਾਲੀ ਚ ਵਧਾਈਆਂ ਵਾਲਾ ਰਿੰਕੂ ਆ, ਬਹੁਤ ਤਗੜਾ ਖੇਡ ਰਿਹਾ ਮੁੰਡੇ ਘੱਟਾਂ ਵਾਲੀ ਟੀਮ ਵੀ, ਲਗਾਤਾਰ ਸੱਤਵੇਂ ਫਾਈਨਲ ਚ ਅੱਜ, ਇੱਕ ਸੈਕਿੰਡ ਬਾਕੀ ਫਾਸਟ। ਅੱਛਾ ਜੀ ਜੱਗਾ ਗੱਲ ਜੀ, ਲੈ ਦੱਸ ਗੱਲ ਸਾਹਿਬ, ਬਹੁਤ ਮਾੜੀ ਗੱਲ ਹੋਈ ਉਹ ਤਾਂ ਫਿਰ, ਬਹੁਤ ਮਾੜੀ ਗੱਲ ਹੋਈ ਗੱਲ ਸਾਹਿਬ, ਫਿਰ ਤਾਂ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ। ਓਕੇ ਓਕੇ ਧਰਮਿੰਦਰ ਬਾਈ, ਸੰਘਾ ਸਾਹਿਬ, ਰਜਨੀਸ਼ ਸ਼ਰਮਾ, ਓਕੇ ਓਕੇ ਓਕੇ।
ਲਓ ਜੀ ਫਾਈਨਲ ਚ ਖੰਜਰ ਵਾਲ ਦਸ ਚੱਕ ਵਾਲੇ ਮੁੰਡੇ ਵੀ ਬਹੁਤ ਤਕੜਾ ਖੇਡੇ, ਡੁੱਡੀ ਹੋਰੀ, ਦੀਪ ਹੋਰੀ, ਸੰਦੀਪ ਹੋਰੀ ਐਂਡ ਖੇਡੇ ਫਾਈਨਲ ਖੰਜਰਵਾਲ ਤੇ ਕੱਟਿਆਂ ਵਾਲੀ ਫਾਈਨਲ ਚੱਲਣ ਲੱਗਿਆ ਹੁਣ।